ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਅੱਜ ਕੱਲ੍ਹ ਅਗਰ ਵੇਖਿਆ ਜਾਵੇ ਤਾਂ ਅਸੀਂ ਆਪਣੀ ਨੌਜਵਾਨੀ ਨੂੰ, ਨਵੀਂ ਪੀੜ੍ਹੀ ਨੂੰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਨਾਂ ਨੂੰ ਸਿਖਾਉਣ ਦੇ ਵਿੱਚ ਅਸਕਸ਼ਮ ਨਜ਼ਰ ਆ ਰਹੇ ਹਾਂ। ਖਾਸ ਕਰਕੇ ਘਾਟ ਸਭ ਤੋਂ ਵੱਧ ਅਗਰ ਨਜ਼ਰ ਆਉਂਦੀ ਹੈ ਤਾਂ ਉਹ ਸੰਸਕਾਰਾਂ ਦੀ ਨਜ਼ਰ ਆਉਂਦੀ ਹੈ। ਹਾਲ ਹੀ ਦੇ ਵਿੱਚ ਟਿਕਟੋਕ ਦੇ ਉੱਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ, ਜੋ ਸੋਸ਼ਲ ਮੀਡੀਆ ਉੱਤੇ ਵੀ ਬਹੁਤ ਜ਼ੋਰਾਂ ਨਾਲ ਵਾਇਰਲ ਕੀਤੀ ਜਾ ਰਹੀ ਹੈ, ਜੋ ਸਗੇ ਭੈਣ ਭਰਾਵਾਂ ਦੀ ਦੱਸੀ ਜਾ ਰਹੀ ਹੈ। ਅਤੇ ਉੱਤੇ ਲਿਖਿਆ ਹੋਇਆ ਹੈ ਕਿ ਸੱਭਿਆਚਾਰਕ ਸੁਨੇਹਾ ਦਿੰਦੇ ਹੋਏ ਭੈਣ ਭਰਾ, ਪਰ ਅੰਦਰ ਇੱਕ ਪੰਜਾਬੀ ਅਜਿਹਾ ਗੀਤ ਚੱਲ ਰਿਹਾ ਹੈ ਜਿਸ ਨੂੰ ਸੁਣ ਕੇ ਸ਼ਾਇਦ ਤੁਸੀਂ ਵੀ ਸ਼ਰਮਸਾਰ ਹੋ ਜਾਓਗੇ। ਮਿਲਣਾ ਹੋਵੇ ਜੇ ਪਹਿਲੀ ਉਮਰ ਕੁੜੀ, ਮਿਲਣਾ ਹੋਵੇ ਜੇ ਪਹਿਲੀ ਉਮਰ ਕੁੜੀ, ਸੇਫ ਜਗ੍ਹਾ ਨੀ ਕੋਈ ਕਮਾਦ ਬਰੀ, ਸਾਡੀ ਵੀ ਜਵਾਨੀ ਰੱਬ। ਮਿਲਣਾ ਹੋਵੇ ਜੇ ਪਹਿਲੀ ਉਮਰ ਕੁੜੀ, ਮਿਲਣਾ ਹੋਵੇ ਜੇ ਪਹਿਲੀ ਉਮਰ ਕੁੜੀ, ਸੇਫ ਜਗ੍ਹਾ ਨੀ ਕੋਈ ਕਮਾਦ ਬਰੀ, ਸਾਡੀ ਵੀ ਜਵਾਨੀ ਰੱਬ। ਮਿਲਣਾ ਹੋਵੇ ਜੇ ਪਹਿਲੀ ਉਮਰ ਕੁੜੀ, ਮਿਲਣਾ ਹੋਵੇ ਜੇ ਪਹਿਲੀ ਉਮਰ ਕੁੜੀ, ਸੇਫ ਜਗ੍ਹਾ ਨੀ ਕੋਈ ਕਮਾਦ ਬਰੀ, ਸਾਡੀ ਵੀ ਜਵਾਨੀ ਰੱਬ। ਮਿਲਣਾ ਹੋਵੇ ਜੇ ਪਹਿਲੀ ਉਮਰ ਕੁੜੀ, ਮਿਲਣਾ ਹੋਵੇ ਜੇ ਪਹਿਲੀ ਉਮਰ ਕੁੜੀ, ਸੇਫ ਜਗ੍ਹਾ ਨੀ ਕੋਈ ਕਮਾਦ ਬਰੀ। ਜੀ ਹਾਂ ਗੁਰਪਿਆਰਿਓ, ਇਸ ਦੇ ਵਿੱਚ ਕਸੂਰ ਇਹਨਾਂ ਬੱਚਿਆਂ ਦਾ ਅਸੀਂ ਨਹੀਂ ਕੱਢ ਸਕਦੇ, ਕਿਉਂਕਿ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਕਿ ਅਸੀਂ ਬੱਚਿਆਂ ਨੂੰ ਸੰਸਕਾਰ ਕੀ ਦੇ ਰਹੇ ਹਾਂ, ਬੱਚੇ ਜੋ ਕਰ ਰਹੇ ਨੇ ਉਸ ਦੇ ਪਿੱਛੇ ਦੀ ਵਜ੍ਹਾ ਕੀ ਹੈ, ਕਿਉਂਕਿ ਬੱਚਿਆਂ ਨੂੰ ਸ਼ਾਇਦ ਪਤਾ ਹੀ ਨਹੀਂ ਕਿ ਉਹ ਕਿਹੜੇ ਗੀਤ ਦੇ ਕੀ ਬੋਲ ਬੋਲ ਰਹੇ ਨੇ ਅਤੇ ਉਹਨਾਂ ਬੋਲਾਂ ਦੇ ਅਸਲ ਅਰਥ ਕੀ ਨਿਕਲਦੇ ਨੇ। ਅਤੇ ਇਸ ਦੇ ਵਿੱਚ ਅਸੀਂ ਬੱਚਿਆਂ ਦੀ ਗਲਤੀ ਕੱਢਣ ਤੋਂ ਪਹਿਲਾਂ ਆਪਣੇ ਵੱਲ ਝਾਤ ਮਾਰ ਕੇ ਜ਼ਰੂਰ ਵੇਖੀਏ ਕਿ ਅਸੀਂ ਬੱਚਿਆਂ ਨੂੰ ਬਾਣੀ ਦੇ ਨਾਲ ਕਿੰਨਾ ਕੀ ਜੋੜਿਆ ਹੈ, ਅਸੀਂ ਬੱਚਿਆਂ ਨੂੰ ਬਾਣੀ ਦੇ ਨਾਲ ਕਿੰਨਾ ਕੀ ਜੋੜਿਆ, ਅਸੀਂ ਗੁਰੂ ਘਰ ਕਿੰਨਾ ਕੀ ਜਾਂਦੇ ਹਾਂ, ਅਸੀਂ ਸਵੇਰੇ ਸ਼ਾਮ ਆਪ ਕਿੰਨਾ ਕੀ ਪਾਠ ਕਰਦੇ ਹਾਂ, ਕੀ ਘਰ ਦੇ ਵਿੱਚ ਸਾਡੇ ਬਜ਼ੁਰਗ ਬੱਚਿਆਂ ਨੂੰ ਬਾਣੀ ਦੇ ਅਰਥ ਸਮਝਾਉਂਦੇ ਨੇ, ਕੀ ਕੋਈ ਹੈ ਘਰ ਦੇ ਵਿੱਚ ਜੋ ਬੱਚਿਆਂ ਨੂੰ ਪੁਰਾਣੀਆਂ ਕਹਾਣੀਆਂ ਸੁਣਾ ਕੇ ਸਿੱਧੇ ਰਾਹ ਪਾਉਣਾ ਸਿਖਾ ਸਕੇ। ਜ਼ਿਆਦਾਤਰ ਪਰਿਵਾਰਾਂ ਦੇ ਜ਼ਿਹਨ ਦੇ ਵਿੱਚ ਇਹੀ ਹੋਏਗਾ ਕਿ ਨਹੀਂ ਜੀ, ਘਰ ਦੇ ਵਿੱਚ ਕੋਈ ਨਹੀਂ, ਕਿਉਂਕਿ ਅੱਜ ਅਸੀਂ 21ਵੀਂ ਸਦੀ ਦੇ ਵਿੱਚ ਖੜ੍ਹ ਕੇ ਨਿਊਕਲੀਅਰ ਫੈਮਿਲੀਜ਼ ਬਣ ਚੁੱਕੇ ਹਾਂ, ਅਤੇ ਕਿਤੇ ਨਾ ਕਿਤੇ ਇਹ ਨਿਊਕਲੀਅਰ ਫੈਮਿਲੀ ਕਹਿਲਾਉਣ ਵਾਲੀਆਂ ਫੈਮਿਲੀਜ਼ ਉਸੇ ਨਿਊਕਲੀਅਰ ਬੰਬ ਵਾਂਗ ਹੀ ਵਿਸਫੋਟ ਹੁੰਦੀਆਂ ਨੇ, ਜਿੱਦਾਂ ਇੱਕ ਬੰਬ ਪੂਰੇ ਦਾ ਪੂਰਾ ਦੇਸ਼ ਤਬਾਹ ਕਰ ਦਿੰਦਾ ਹੈ। ਬਸ ਫਰਕ ਇੰਨਾ ਹੈ ਕਿ ਉਸ ਬੰਬ ਦੇ ਡਿੱਗਣ ਨਾਲ ਤਬਾਹੀ ਇੱਕਦਮ ਮੱਚਦੀ ਹੈ, ਅਤੇ ਅਸੀਂ ਆਪਣੇ ਬੱਚਿਆਂ ਨੂੰ ਜੋ ਸੰਸਕਾਰਾਂ ਦੀ ਘਾਟ ਦੇ ਰਹੇ ਹਾਂ ਉਹ ਬੱਚਿਆਂ ਦੇ ਵਿੱਚ ਤਬਾਹੀ ਹੌਲੀ ਹੌਲੀ ਲਿਆਉਂਦਾ ਹੈ। ਇਸ ਲਈ ਹੱਥ ਬੰਨ ਕੇ ਬੇਨਤੀ ਹੈ ਕਿ ਬੱਚਿਆਂ ਨੂੰ ਸੰਸਕਾਰਾਂ ਤੋਂ ਓਹਲੇ ਨਾ ਰੱਖੋ, ਬੱਚਿਆਂ ਉੱਤੇ ਨਜ਼ਰ ਬਣਾ ਕੇ ਰੱਖੋ, ਬੱਚੇ ਕੀ ਕਰ ਰਹੇ ਨੇ ਕੀ ਨਹੀਂ ਕਰ ਰਹੇ ਉਹਨਾਂ ਵੱਲ ਧਿਆਨ ਦਿਓ, ਬੱਚਿਆਂ ਨੂੰ ਚੰਗੇ ਮਾੜੇ ਦਾ ਫਰਕ ਸਮਝਾਓ, ਬੱਚਿਆਂ ਨੂੰ ਬਾਣੀ ਦੇ ਅਰਥ ਸਮਝਾਓ, ਬੱਚਿਆਂ ਨੂੰ ਰਿਸ਼ਤੇਦਾਰੀਆਂ ਦੇ, ਭੈਣਾਂ ਭਰਾਵਾਂ ਦੇ, ਸਾਡੇ ਸਕੇ ਸੰਬੰਧੀਆਂ ਦੇ ਰਿਸ਼ਤਿਆਂ ਬਾਰੇ, ਅਹੁਦਿਆਂ ਬਾਰੇ, ਮਾਨ ਸਨਮਾਨ ਬਾਰੇ ਸਮਝਾਓ, ਤਾਂ ਜੋ ਕਿਤੇ ਆਉਣ ਵਾਲੀ ਪਨੀਰੀ, ਆਉਣ ਵਾਲੀ ਪੀੜ੍ਹੀ ਜਮ੍ਹਾਂ ਹੀ ਆਪਣੀ ਰਿਸ਼ਤੇਦਾਰੀਆਂ ਤੋਂ ਆਪਣੇ ਆਪ ਤੋਂ ਵਾਂਝੀ ਨਾ ਹੋ ਜਾਵੇ, ਕਿਤੇ ਵਿਦੇਸ਼ਾਂ ਵਾਂਗ ਸਾਰੇ ਰਿਸ਼ਤੇ ਅੰਕਲ ਆਂਟੀ ਅਤੇ ਹਾਏ ਬਾਏ ਤੱਕ ਹੀ ਸੀਮਿਤ ਨਾ ਰਹਿ ਜਾਣ। ਉਮੀਦ ਕਰਦੇ ਹਾਂ ਕਿ ਪੰਜਾਬ ਦੇ ਅਸਲ ਸੱਭਿਆਚਾਰ ਨੂੰ ਬਚਾਉਣ ਵਾਸਤੇ ਤੁਸੀਂ ਜ਼ਰੂਰ ਆਪਣੇ ਵੱਲੋਂ ਇੱਕ ਕੋਸ਼ਿਸ਼ ਕਰੋਗੇ। ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਕਿਸੇ ਦੀਆਂ ਭਾਵਨਾਵਾਂ ਨੂੰ ਅਗਰ ਠੇਸ ਪਹੁੰਚੀ ਹੋਵੇ ਹੱਥ ਬੰਨ ਕੇ ਮੁਆਫੀ ਹੈ ਜੀ। ਬਾਕੀ ਆਪਣੇ ਵਿਚਾਰ ਤੁਸੀਂ ਨੀਚੇ ਕਮੈਂਟਸ ਦੇ ਵਿੱਚ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ
ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।